पांचवे वर्ल्ड कबड्डी कप के लिए भारतीय महिला टीम के खिलाड़ियों को चयनित करने के लिए लुधियाना के गुरु नानक स्टेडियम में महिला वर्ग के ट्रायल शुरू हुए हैं इस दौरान कैबिनेट मंत्री सिकंदर सिंह मलूका विशेष रूप से उपस्थित रहे इस मौके पर उन्होंने बताया कि महिला वर्ग की टीम के लिए अढ़ाई सौ से अधिक लड़कियों ने रजिस्ट्रेशन करवाया है उन्होंने ये भी कहा कि इस बार हरियाणा राज्य से सबसे अधिक लड़कियों ने भाग लिया है ਇਸ ਟ్రਾਇਲ ਪ੍ਰਕਿਰਿਆ ਵਿੱਚੋਂ ਫਾਈਨਲ ਟ్రਾਇਲ ਰਾਊਂਡ ਲਈ 15 ਰੈਡਰ ਵਾ 15 ਸਟਾਪਰ ਚੁਣੇ ਜਾਣਗੇ ਜਿਹੜੇ ਲੜਕੀਆਂ ਦੀ ਵਰਲਡ ਕਬੱਡੀ ਟੀਮ ਆਪਣੇ ਵਰਲਡ ਕਬੱਡੀ ਕੱਪ ਲਈ ਟੀਮ ਚੁਣੀ ਜਾਣੀ ਉਹਦੇ ਵਾਸਤੇ ਟ్రਾਇਲ ਹੋ ਰਹੇ ਨੇ ਸਾਨੂੰ ਖੁਸ਼ੀ ਹੈ ਕਿ ਪਹਿਲੀ ਵਾਰ 260 ਲੜਕੀਆਂ ਲਗਭਗ ਇੰਟਰ ਹੋਈਆਂ ਨੇ ਇਹਦੇ ਵਿੱਚ ਜਿਹੜੀਆਂ ਇੰਨੀਆਂ ਪਹਿਲੀ ਵਾਰ ਹੋਈਆਂ ਨੇ ਇੰਨੀਆਂ ਕਦੇ ਨਹੀਂ ਹੋਈਆਂ ਅੱਗੇ ਸੋ ਇਥੋਂ ਲੱਗਦਾ ਹੈ ਕਿ ਲੜਕੀਆਂ ਦੇ ਵਿੱਚ ਵੀ ਕਬੱਡੀ ਵਾਸਤੇ ਬਹੁਤ ਜ਼ਿਆਦਾ ਉਤਸ਼ਾਹ ਪੈਦਾ ਹੋ ਗਿਆ ਹੈ ਖਾਸ ਕਰਕੇ ਹਰਿਆਣੇ ਦੀਆਂ ਬਹੁਤ ਵੱਡੀ ਗਿਣਤੀ ਚ ਲੜਕੀਆਂ ਆਈਆਂ ਜਿਹੜੀ ਇਹ ਵੀ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ